गुरदासपुर पुलिस ने 2.5 करोड़ रुपए दी हेरोइन समेत दो व्यक्तियों नु किया गिरफ्तार। गुरदासपुर दे ही दो होर व्यक्तियों नु चोरी दे 5 मोटरसाइकिल समेत किया गिरफ्तार। गुरदासपुर पुलिस ने वक वक जगह ते नाकेबंदी कर 4 दोषियों नु किया गिरफ्तार। गिरफ्तार होशियारपुर वासी दो दोषियों नु 2.5 करोड़ कीमत दी 550 ग्राम हेरोइन समेत काबू किया गया है। गुरदासपुर दे ही दो दोषियों नु चोरी दे 5 मोटरसाइकिल समेत गिरफ्तार किया गया है। चारे दोषियों के खिलाफ वक वक धाराओं तहत मामला दर्ज करके अगलेरी कार्रवाई शुरू कर दी गई है। इस संबंधी जानकारी देंदया SP हरविंदर सिंह संधु ने दसिया कि स्पेशल नाकेबंदी कर वाहना दी चेकिंग कीती जा रही है, जिस दे चलदया पुलिस ने पिंड जगतपुर नेरे नाकेबंदी कर जब दो व्यक्तियों नु रोक के उन्हां दी तलाशी लई गई तो उन्हां दे कोलों 2.5 करोड़ कीमत दी हेरोइन बरामद कीती गई। उन्हां दसिया कि ये दोनों नौजवान अमनदीप कुमार अते अमरजीत सिंह होशियारपुर जिले नाल संबंधित हन, जो दूसरे जिलियां विचों हेरोइन लिया के गुरदासपुर दे वक वक हिस्सों विच जाके बेचदे सन। इन्हां दोनों नु गिरफ्तार करके इन्हां दे खिलाफ मामला दर्ज करके अगलेरी कार्रवाई शुरू कर दी गई है। इसी तरह गुरदासपुर दे CIA स्टाफ ने दो नौजवान अमित कुमार अते विशाल कुमार वासी गुरदासपुर नु काबू किया है, जिन्हां दे कोलों चोरी दे 5 मोटरसाइकिल बरामद किए गए हैं, जो कि गुरदासपुर दे वक वक हिस्सों विचों चोरी किए गए सन। उन्हां दस्या कि इन्हां दे खिलाफ भी वक वक धाराओं तहत मामला दर्ज करके अगलेरी कार्रवाई शुरू कर दी गई है। SP श्री ਰਜਿੰਦਰ ਸਿੰਘ ਸੋਰ ਵੱਲੋਂ ਸਪੈਸ਼ਲ ਜਿਹੜੀ ਸਾਡੇ ਕੰਪੇਨ ਆਲਰੇਡੀ ਚੱਲ ਰਹੀ ਹੈ, ਜਿਵੇਂ ਤੁਸੀਂ ਵੇਖਦੇ ਜੇ ਸਾਡੇ ਪਿਛਲੇ ਸਮੇਂ ਵਧੀਆ ਰਿਕਵਰੀਆਂ ਫੀਮ 'ਚ ਐਂਡ ਡਿਸਪੈਕ ਦੇ ਵਿੱਚ ਹੋ ਰਹੀਆਂ ਆ, ਉਹਦੀ ਲੜੀ ਦੇ ਵਿੱਚ ਕੱਲ ਥਾਣਾ ਸ਼ਾਲਾ ਦੀ ਪੁਲਿਸ ਨੇ DSP ਸ਼੍ਰੀ ਰਜੇਸ਼ ਕੱਕੜ ਦੀ ਨਿਗਰਾਨੀ ਹੇਠ ਬੜੇ ਵਧੀਆ ਤਰੀਕੇ ਨਾਲ ਟੈਪ ਕਰਕੇ ਦੋ ਜਿਹੜੇ ਬੰਦੇ ਆ ਹੁਸ਼ਿਆਰਪੁਰ ਦੇ ਆਪਣਾ ਅਮਨਦੀਪ ਕੁਮਾਰ ਅਤੇ ਅਮਰਜੀਤ ਸਿੰਘ, ਇਹਨਾਂ ਕੋਲੋਂ ਸਪੈਂਡਰ ਮੋਟਰਸਾਈਕਲ ਨੂੰ ਫੜ ਕੇ ਇਹਨਾਂ ਕੋਲੋਂ 550 ਗ੍ਰਾਮ ਜਿਹੜੀ ਹੈਰੋਇਨ ਉਹ ਬਰਾਮਦ ਕੀਤੀ ਹੈ, ਜੋ ਸਾਡੀ ਬੜੀ ਵਧੀਆ ਰਿਕਵਰੀ ਹੈ। ਇਹਦੇ ਇਹਨਾਂ ਦੇ ਹੋਰ ਵੀ ਅਸੀਂ ਬੈਕ 'ਤੇ ਜਾ ਰਹੇ ਹਾਂ ਕਿ ਕਿੱਥੋਂ ਲੈ ਕੇ ਆਉਂਦੇ, ਕੀ ਕਰਦੇ ਆ, ਉਹ ਇਨਵੈਸਟੀਗੇਟ ਕਰ ਰਹੇ ਹਾਂ। ਇਹ ਜਿਹੜਾ ਅਮਰਜੀਤ ਸਿੰਘ ਹੈ ਆਲਰੇਡੀ ਇਹਦੇ 'ਤੇ ਰੇਪ ਕੇਸ ਵਿੱਚ ਪਹਿਲਾਂ ਵੀ ਹੁਸ਼ਿਆਰਪੁਰ ਦਾ ਦਰਜਾ, ਜਿਹਦੇ 'ਚ ਇਹਨੂੰ ਸਜ਼ਾ ਵੀ ਸੀ 10 ਸਾਲ ਅਤੇ ਉਹਦੇ 'ਚ ਬਾਹਰ ਹੈਗਾ ਜੇਲ੍ਹ 'ਤੇ। ਸਰ ਪਤਾ ਲੱਗਾ ਵੀ ਕਿੱਥੇ ਵੇਚਣ ਆ ਰਹੇ ਸੀਗੇ ਸ਼ਾਇਦ? ਅੱਜ ਚੱਲ ਰਹੀ ਹੈ ਤਫਤੀਸ਼ ਜੀ, ਅਜੇ ਤਾਂ ਬੈਕ 'ਤੇ ਜਾ ਰਹੇ ਹਾਂ, ਪਰ ਵੀ ਆਇਆ ਕਿੱਧਰੋਂ, ਜਿੱਧਰ ਅੱਗੇ ਜਾਣਾ ਹੋਊਗਾ ਉਹ ਵੀ ਅਸੀਂ ਕਰਕੇ ਸਾਰੀ ਗੱਲ ਤਫਤੀਸ਼ ਦਾ ਹਿੱਸਾ ਚੱਲ ਰਿਹਾ। ਅਤੇ ਇਸੇ ਤਰ੍ਹਾਂ ਹੀ ਇੱਕ ਸਾਡੇ ਜਿਹੜਾ CA ਸਟਾਫ ਇੰਚਾਰਜ ਨੇ DSPD ਸਾਹਿਬ ਦੀ ਨਿਗਰਾਨੀ ਹੇਠ ਵਧੀਆ ਕੰਮ ਕੀਤਾ, ਇੱਕ 5 ਮੋਟਰਸਾਈਕਲ ਜਿਹੜੇ ਆ ਸਾਡੇ ਜਿਹੜੇ ਕਿ ਅਲੱਗ ਅਲੱਗ ਇੱਥੋਂ ਚੋਰੀ ਕੀਤੇ ਸੀ ਸ਼ਹਿਰ 'ਚੋਂ ਬੰਦਿਆਂ ਨੇ, ਦੋ ਦੋਸ਼ੀ ਜਿਹੜੇ ਆ ਉਹਦੇ 'ਚ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ, ਜੋ ਇਹਨਾਂ ਤੋਂ ਹੋਰ ਵੀ ਪੁੱਛ ਪੜਤਾਲ ਜਾਰੀ ਆ ਅਤੇ ਤਾਂ ਕਿ ਹੋਰ ਵੀ ਰਿਕਵਰੀ ਹੋ ਸਕੇ। ਸੋ ਇਹ ਬੇਸਿਕਲੀ ਤਾਂ ਚੋਰੀ ਜਿਹੜੀ 25-25 ਸਾਲ ਦੇ ਮੁੰਡੇ ਯੰਗ ਹੀ ਹੈਗੇ ਆ, ਮਤਲਬ ਕੰਮ ਅਤੇ ਬਾਕੀ ਉਹ ਤੋਂ ਪੜਤਾਲ ਕਰ ਰਹੇ ਹਾਂ ਆਪਾਂ ਵੀ ਹੋਰ ਕਿਹੜੇ ਕਿਹੜੇ ਕ੍ਰਾਈਮ 'ਚ ਸ਼ਾਮਿਲ ਹੋ ਸਕਦੇ। ਜੇ ਇਕੱਲਾ ਮੋਟਰਸਾਈਕਲ ਤਾਂ ਨਹੀਂ ਫੜਦਾ ਬੰਦਾ, ਜੇ ਚੋਰੀ ਕਰਦਾ, ਜੇ ਹੋਰ ਵੀ ਕੰਮ 'ਚ ਹੋਊਗਾ ਰਸਕਲ ਤਾਂ ਉਹ ਵੀ ਕਾਰਵਾਈ ਕੀਤੀ ਜੋ ਮੈਂ ਇਹਨਾਂ 'ਤੇ ਪਹਿਲਾਂ ਕੋਈ ਨਹੀਂ ਦੱਸ 2.5 ਕਰੋੜ ਕੀਮਤ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ, GVA ਪੰਜਾਬ TV।